أعوذ بالله من الشيطان الرجيم بسم الله الرحمن الرحيم ਬੱਕਰਾ ਜੀ ਜਿੱਦੇ ਸਾਡੇ ਆ ਬੱਚੇ ਨੇ ਠੀਕ ਹੈ ਕਾਏ ਰੰਗ ਦਾ ਬੱਚਾ ਤੇ ਬਾਤ ਜਾ ਬੱਚੇ ਵੇਖੋ ਕਿ ਇਸ ਰੰਗ ਦੇ ਅੱਲਾ ਨੇ ਦਿੱਤੇ ਨੇ ਠੀਕ ਹੈ ਠੀਕ ਹੈ ਮਾ ਕਿਆ ਕਾਏ ਰੰਗ ਦਾ ਬੱਕਰਾ ਜੀ ਇਹ ਬੱਚੇ ਕਰੋ ਹਾਂ ਲਾਲਾ ਜੀ ਸਾਰੇ ਇੱਧਰ ਹੋ ਰਹੀ ਹੈ ਕਾਏ ਹੁਣ ਚੋਕਾ ਲੱਗਾ ਠੀਕ ਹੈ ਬੱਕਰਾ ਵਿੱਚ ਵਹਾਣਾ ਦੀ ਬੱਕਰਾ ਵਾਂਡਾ ਕੋਟ ਦੀ ਸੁਰ ਕੇ ਇੱਕ ਬੰਦਾ ਲੈ ਗਿਆ ਬੱਕਰੀਆਂ ਬੱਕਰਾ ਵਾਂਡਾ ਟੁਰ ਜਾਂਦਾ ਆਹ ਵੰਡਾ ਕੇ ਆ ਨੰਬਰ ਪੰਜਾਵਾ ਦੇ ਠੀਕ ਹੈ ਹਾਂ ਠੀਕ ਹੈ ਨੜੂ ਕਾ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਉਹਨੂੰ ਗਿੱਲੜ ਹੋ ਜਾਂਦਾ ਬકરી ਨੂੰ ਜੀ ਉਹਦਾ ਕੋਈ ਕਟਾ ਹੀ ਕਟਾ ਹੈ ਜਿੰਨਾ ਨੜੂ ਖਾਏ ਦੀ ਉਹਨੇ ਬਿਮਾਰੀ ਪੈਦਾ ਹੋਵੇਦੀ ਗਿੱਲੜ ਪਾਣੀ ਹੋਵੇ ਤਾਂ ਉਹਦੇ ਅੰਦਰ ਜੀ ਉਹ ਗਿੱਲੜ ਬਣ ਜਾਂਦਾ ਫੇਰ ਲੋਕਾਂ ਦੇ ਨੇ ਪਤਾ ਨਹੀਂ ਰਗਾਂ ਸੋਜੀਆਂ ਰਗਾ ਇਹ ਸੋਜਦੀਆਂ ਨੇ ਕਈਆਂ ਨੂੰ ਰਗਾਂ ਚ ਆ ਜਾਂਦਾ ਗਿੱਲੜ ਹੋ ਜਾਂਦਾ ਕਈਆਂ ਨੂੰ ਪਾਣੀ ਵਗਦਾ ਫਿਰ ਛੁਰਕਾ ਲੱਗ ਜਾਂਦਾ ਜੀ ਉਹ ਨਾ ਵਾਦੀ ਹੁੰਦਾ ਉਹ ਗਿੱਲੜ ਹੁੰਦਾ ਠੀਕ ਹੈ ਬੱਕਰੀ ਨੂੰ 2 ਮਹੀਨੇ ਕਾ ਖਾਣਾ ਚਾਹੀਦਾ ਠੀਕ ਹੈ ਸੌਣ ਤੇ ਭਾਦਰੇ ਜੀ ਉਹ ਵੀ ਆ ਕੋ ਮਹੀਨਾ ਛੱਡ ਕੇ ਡੇਢ ਮਹੀਨਾ ਬੱਕਰੀ ਕਹਾ ਪਈ ਖਾਏ ਨਾ ਜੀ ਪਹਿਲਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੀ ਜੇ ਸਰ ਪਾਦਰੇ ਆਦੋ ਤੂੰ ਪਿੱਛੇ ਹੋ ਜਾਂਦਾ ਜੀ ਫੇਰ ਉਹ ਬੱਕਰੀਆਂ ਕਹਾ ਖਾਂਦੀਆਂ ਨੇ ਉਹਨਾਂ ਨੂੰ ਗਿਲੜ ਹੋ ਜਾਂਦਾ ਕਹਾ ਹੁੰਦਾ ਬਰਾਣਾ ਜੀ ਬੱਕਰੀ ਨੂੰ ਡਾਈ ਪਾਓ ਡਾਲੀ ਪਾਓ ਡਾਈ ਪਾਓ ਕਿਕਰ ਪਾਓ ਤੂਤ ਪਾਓ ਧ੍ਰੇਕ ਪਾਓ ਜੀ ਲੈਰੀ ਬੱਕਰੀ ਨੂੰ ਧ੍ਰੇਕ ਪਾਓ ਛਾਮੀ ਪਾਓ ਵੱਡੇ ਦੱਸੇ ਦੀ ਮੈਂ ਧ੍ਰੇਕ ਖਾਦੀ ਸੀ ਇੰਨਾ ਦੁੱਧ ਦਿੱਤਾ ਸੀ ਜੀ ਠੀਕ ਹੋ ਗਿਆ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਮੋਟਾ ਕਵਾ ਕਾ ਬੰਦੇ ਖਾਉਂਦੇ ਨੇ ਨਹੀਂ ਖਾਣਾ ਚਾਹੀਦਾ। ਹਾਂਜੀ ਗਿੱਲੜ ਵਜਾ। ਅੱਛਾ ਬਜ਼ੁਰਗੋ ਗਿੱਲੜ ਧੋ ਕਿ ਸੰਧ ਹੁੰਦਾ ਹੈ। ਇੱਕ ਤਾਂ ਨਵੇਂ ਗਲਾ ਸੁੱਝ ਜਾਣਾ ਤੇ ਦੂਜਾ ਗਿੱਲੜ ਕੀ ਹੁੰਦਾ? ਦੂਜਾ ਅੰਦਰ ਹੋ ਜਾਂਦਾ ਪਾਣੀ ਹੋ ਜਾਂਦਾ। ਉਹ ਨਿਰਾ ਗੋਸ਼ਤ ਵੀ ਜਿਹੜਾ ਨਾ ਉਹ ਪਾਣੀ ਹੁੰਦਾ। ਠੀਕ ਹੈ। ਉਹ ਨਿਰੀ ਬਿਮਾਰੀ ਹੁੰਦਾ। ਬੰਦਾ ਖਾਏ ਤਾਂ ਵੀ ਬਿਮਾਰੀ ਹੁੰਦੀ। ਇਹ ਬੰਦਾ ਬਿਮਾਰ ਹੋ ਜਾਂਦਾ। ਬੰਦਾ ਵੀ ਬਿਮਾਰ ਹੁੰਦਾ ਲੂਨ ਨੂੰ ਵਿੱਚ ਪਾਣੀ ਧਾਗੇ ਆਉਂਦਾ ਉਹਦਾ। ਠੀਕ ਹੋ ਗਿਆ। ਹਾਂ ਜੀ। ਅਸੀਂ ਲੋਕਾਂ ਨੇ ਅੱਲਾ ਜੀ ਉੱਥੇ ਛੱਡੋ ਹਨ ਵਾਵਾ ਮਾਲ ਰਹਿਦਾ ਪਿਆ ਇਹ ਬਿਮਾਰੀਆਂ ਨੇ ਬੱਕਰੀ ਦੀ ਖਰਾਕੇ ਡਾਈ ਖਾਏ ਅੱਜ ਕੱਲ ਜੀ ਤੇ ਸਾਰੇ ਸਮਝਦੇ ਨੇ ਇਸ ਗੱਲ ਨੂੰ ਬੀਬੀ ਵੀ ਜਿਹੜੀ ਸਿਆਣੀ ਆ ਕੱਪੜੇ ਧੋਂਦੀ ਹੋਵੇ ਨਾ ਜੀ ਆਪਣਾ ਆਪ ਸਕਾ ਕੇ ਤੇ ਬੱਚੇ ਨੂੰ ਦੁੱਧ ਪਿਆ ਦੇ ਫੇਰ ਠੀਕ ਹੋ ਗਿਆ ਅਸੀਂ ਲੋਕ ਬੱਚਿਆਂ ਨੂੰ ਬੇਸਾਮਨੇ ਆ ਤੇ ਬੱਕਰੀ ਵਾਲੇ ਧਿਆਨ ਨਹੀਂ ਕਰਦੇ ਬੱਕਰੀ ਨੂੰ ਠੰਡ ਲੱਗੇ ਤੇ ਬੱਚਾ ਉਸੇ ਦੁੱਧ ਪੀਏ ਤੇ ਬੱਕਰੀ ਨਾਲ ਬੱਚੇ ਨੂੰ ਠੰਡ ਲੱਗੀ ਹੁੰਦੀ ਹਾਂ ਜੀ ਵੇਖੋ ਨਾ ਕਿੱਡੀ ਸੋਣੀ ਤੁਸੀਂ ਗੱਲ ਕੀਤੀ ਐ ਅਸਲਾਮ ਵਾਲੇਕਮ ਰਹਿਮਤੁਲਾ ਬਰਕਤੋ ਨਾਜ਼ਰੀ ਤੁਸੀਂ ਵੇਖ ਰਹੇ ਹੋ ਗੋਡ ਸਮਾਸਟਰ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਮਲਕ ਫਿਆਜ਼ ਗੋਹਰ ਤੁਹਾਡੀ ਖਿਦਮਤ ਚਾਜ਼ਰਾਂ ਦੋਸਤੋ ਜਿਹੜੇ ਫਸਟ ਟਾਈਮ ਮੇਰਾ ਚੈਨਲ ਵੇਖ ਰਹੇ ਨੇ ਮੇਰੀ ਉਹਨਾਂ ਗੇ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਵੀਡੀਓ ਮੁਕੰਮਲ ਵੇਖਿਆ ਜੇ ਅੱਜ ਮੈਂ ਗੁਜਰਾਤ ਸ਼ਹਿਰ ਦੀਆਂ ਬੜੀਆਂ ਸੋਹਣੀਆਂ ਬੱਕਰੀਆਂ ਤੇ ਬੜੇ ਹੀ ਮਸ਼ਹੂਰ ਬੱਕਰੀਆਂ ਵਾਲੇ ਗਾਉ ਅਲੀਪੁਰ ਸ਼ਰਕੀ ਚ ਮੈਂ ਸੁਖਤ ਹਾਜ਼ਰ ਆ ਮਾਸ਼ਾਅੱਲਾ ਬੜੀਆਂ ਪਿਆਰ ਵਾਲੀਆਂ ਤੇ ਬੜੀਆਂ ਮੁਹੱਬਤ ਵਾਲੀਆਂ ਬੱਕਰੀਆਂ ਰੱਖਣ ਵਾਲੇ ਇਹ ਬਜ਼ੁਰਗ ਸਾਡੇ ਕੋਲੇ ਇਸ ਟਾਈਮ ਤੇ ਸ਼ਰੀਫ ਫਰਮਾਨ ਨੇ ਅੱਜ ਇਹਨਾਂ ਨਾਲ ਬੜੀਆਂ ਕੰਮ ਦੀਆਂ ਗੱਲਾਂ ਕਰਾਂਗੇ ਨਾਜ਼ਰੀਨ ਇੱਕ ਵਾਰੀ ਬੱਕਰੀਆਂ ਦਾ ਸ਼ੋਅ ਕਰ ਲਓ ਮਾਸ਼ਾਅੱਲਾ ਵੇਖ ਲਓ ਬੱਕਰੀਆਂ ਗੁਜਰਾਤੀ ਬੀਤਲ ਸਵੇਰ ਦਾ ਟਾਈਮ ਹੈ ਬੱਕਰੀਆਂ ਸਾਰੀਆਂ ਤਕਰੀਬਨ ਸੂਈਆਂ ਨੇ ਬੱਚੇ ਵੀ ਤੁਹਾਨੂੰ ਵਿਖਾ ਰਹੇ ਆ ਨਾਲ ਨਾਲ ਤੇ ਬੱਚੇ ਵੀ ਵੇਖੋ ਤੇ ਬੱਕਰੀਆਂ ਦਾ ਵੀ ਸ਼ੋਅ ਕਰੋ ਤੇ ਅੱਜ ਇਹਨਾਂ ਕੋਈ ਇਨਸ਼ਾਅੱਲਾ ਬੜੇ ਕੰਮ ਦੀਆਂ ਗੱਲਾਂ ਪੁੱਛਾਂ ਦੇ ਅੱਲਾਹ ਪਾਕ ਦੇ ਫਜ਼ਲ ਔਰ ਕਰਮ ਦੇ ਨਾਲ ਨਵੇਂ ਭਰਾਵਾਂ ਨੂੰ ਬੜੇ ਫਾਇਦੇ ਹੋਣ ਦੇ ਅੱਜ ਖਸੂਸੀ ਤੌਰ ਤੇ ਉਹਨਾਂ ਗੱਲਾਂ ਦੇ ਮੁਤਲਕ ਇਹਨਾਂ ਨਾਲ ਸਵਾਲ ਔਰ ਜਵਾਬ ਕਰਾਂ ਦੇ ਜਿਹੜੇ ਅੱਜ ਤੜੇ ਕਿਸੇ ਕਿਸੇ ਵੀ ਬੰਦੇ ਤੁਹਾਡੇ ਤੜੇ ਨੇ ਮਤਾਰਫ ਕਰਾਏ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਜੀ ਬਜ਼ੁਰਗੋ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਨਜ਼ੀਰ ਅਹਿਮਦ ਨਜ਼ੀਰ ਅਹਿਮਦ ਸਾਹਿਬ ਬਾਬਾ ਜੀ ਮੈਨੂੰ ਇਹ ਦੱਸੋ ਕਿ ਨਵੇਂ ਕਿਸਾਨ ਭਰਾਵਾਂ ਨੂੰ ਇੱਕ ਵਾਰੀ ਆਪਣੇ ਇਲਾਕੇ ਦਾ ਤਾਰਫ ਕਰਾਓ ਹਜ਼ਰਾ ਸਾਡਾ ਨਾਮ ਨਜ਼ੀਰ ਅਮਨ ਸਿਆਣ ਅਲੀਪੁਰ ਸਰਕੀ ਸਾਡੇ ਘਰ ਨੇ ਅਲੀਪੁਰ ਸਰਕੀ ਤੁਹਾਡੇ ਘਰ ਨੇ ਅਲੀਪੁਰ ਸਰਕੀ ਮੇਰਾ ਨਾਮ ਪਿੰਡੇ ਜੀ ਤੇ ਬੱਕਰੀਆਂ ਦਾ ਕੰਮ ਕਰਦੇ ਆਂ ਬਜਾਤੇ ਖੁਦ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਇਹ ਮੈਂ ਛੋਟਾ ਸਾਰਾ ਥਾਂ ਤੇ ਲਗਾ ਕੰਮ ਕਰਨ ਸਾਡੇ ਵਾਦ ਵੀ ਬੱਕਰੀਆਂ ਰੱਖੀਆਂ ਨੇ ਅਗੋਂ ਫਿਰ ਉਹ ਫੌਤ ਹੋ ਗਏ ਅਸਾਂ ਵੀ ਫਿਰ ਉਹ ਹੀ ਕੰਮ ਕੀਤਾ ਠੀਕ ਹੈ ਤੁਹਾਨੂੰ ਮਤਲਬ ਤੁਸੀਂ ਮੈਂ ਵੇਖਿਆ ਮੱਝਾਂ ਵੀ ਰੱਖੀਆਂ ਨੇ ਗਾਵਾਂ ਵੀ ਰੱਖੀਆਂ ਨੇ ਸਭ ਤੋਂ ਅਹਿਮ ਗੱਲ ਕਿਹੜੀ ਹੈ ਜਿਹੜੀ ਤੁਹਾਨੂੰ ਸਿਰਫ ਬੱਕਰੀਆਂ ਨਾਲ ਪਿਆਰ ਹੋਇਆ ਸਾਨੂੰ ਬੱਕਰੀਆਂ ਦੇ ਵਿੱਚ ਖੱਟੀ ਪਾਈ ਏ ਠੀਕ ਹੈ ਗਾਵਾਂ ਨੂੰ ਮੋਲ ਲੈ ਕੇ ਪਾਈਏ ਨਾ ਜੀ ਤੇ ਕੱਖ ਨਹੀਂ ਬਜਦਾ ਠੀਕ ਹੋ ਗਿਆ ਬੱਕਰੀਆਂ ਅਸੀਂ ਇਹਨਾਂ ਤੋਂ ਪੰਨਾ ਪਿੰਡਾਂ ਵਿੱਚ ਚਾਰ ਕੇ ਨਾ ਜੀ ਤੇ ਅੱਲਾ ਦੀ ਮਿਹਰਬਾਨੀ ਨਾਲ ਬੜਾ ਕੁਝ ਬਚਾਣੇ ਅਸੀਂ ਇਹਨਾਂ ਕੋਲ ਠੀਕ ਹੋ ਗਿਆ ਤਾਰਾਗੜ ਮਲਕੋਆ ਹੈ ਅਲੀਪੁਰ ਰਾਉ ਕੇ ਪਤੂ ਕੋਠੇ ਇਹਨਾਂ ਚੋਂ ਪਿੰਡਾਂ ਪੰਨਾਂ ਵਿੱਚ ਮੈਂ ਬੱਕਰੀਆਂ ਚਾਰਨਾ ਜੀ ਬੰਦੇ ਦੀਦ ਕਰਦੇ ਰ ਬੇਬਾ ਜੀ 10 ਵਜੇ ਖੋਲਿ ਦੀਆਂ ਨੇ ਜੀ 5 ਸਾਢੇ 5 ਵਜੇ ਨੂੰ ਘਾਟ ਹੋਰਾ ਵੀਦਾ ਠੀਕ ਹੈ ਕੋਈ ਫਿਕਰ ਨਹੀਂ ਚਿੰਤਾ ਨਹੀਂ ਆਪਣੀ ਮੌਜ ਨਾ ਆ ਉਹ ਨੂੰ ਮੈਂ ਉਹ ਨੂੰ ਮੈਂ ਮੈਂ ਗਿਆ ਕਿ ਆਪਣਾ ਘਾਟ ਹੋਰੀਦਾ ਤੇ ਮਾਲ ਵਰ ਜਾ ਅੱਛਾ ਚਾਚਾ ਜੀ ਮਾਸ਼ਾਅੱਲਾ ਤੁਹਾਡਾ ਬੜਾ ਤਜਰਬਾ ਹੈ ਇਨਾ ਬੱਕਰੀਆਂ ਦੇ ਹਵਾਲੇ ਦੇ ਨਾਲ ਤੇ ਅੱਜ ਮੈਨੂੰ ਇਹ ਦੱਸੋ ਕਿ ਜਿਹੜੇ ਸਾਡੇ ਭਰਾ ਨਵੇਂ-ਨਵੇਂ ਬੱਕਰੀਆਂ ਲੈਂਦੇ ਨੇ ਖਰੀਦੇ ਨੇ ਅਗੂ ਆ ਕੇ ਆਪਣੀਆਂ ਗਲੀਆਂ ਮਹਾਲਿਆਂ ਦੇ ਵਿੱਚ ਛੱਡ ਦਿੰਦੇ ਨੇ ਮੋਟਾ ਕਾ ਖਵਾਉਂਦੇ ਨੇ ਜਿਹਨੂੰ ਅਸੀਂ ਬੋਲਦੇ ਨੜੂ ਕਾ ਨੜੂ ਕਾਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਉਹਨਾਂ ਗਿੱਲੜ ਹੋ ਜਾਂਦਾ ਬકરી ਨੂੰ ਜੀ ਉਹਦਾ ਕੋਈ ਕਟਾ ਹੀ ਕਟਾ ਹੈ ਜਿੰਨਾ ਨੜੂ ਖਾਏ ਦੀ ਉਹਨੇ ਬਿਮਾਰੀ ਪੈਦਾ ਹੋਵੇ ਦੀ ਗਿੱਲੜ ਪਾਣੀ ਹੋਵੇ ਤਾਂ ਉਹਦੇ ਅੰਦਰ ਜੀ ਉਹ ਗਿੱਲੜ ਬਣ ਜਾਂਦਾ ਫਿਰ ਲੋਕਾਂ ਦੇ ਨੇ ਪਤਾ ਨਹੀਂ ਰਗਾ ਸੋਜ ਗਈਆਂ ਰਗਾ ਇਹ ਸੋਜਦੀਆਂ ਨੇ ਕਈਆਂ ਨੂੰ ਰਗਾ ਚ ਆ ਜਾਂਦਾ ਗਿੱਲੜ ਹੋ ਜਾਂਦਾ ਕਈਆਂ ਨੂੰ ਪਾਣੀ ਵਗਦਾ ਫਿਰ ਛੋੜਕਾ ਲੱਗ ਜਾਂਦਾ ਜੀ ਉਹ ਨਾ ਬਾਦੀ ਹੁੰਦਾ ਉਹ ਗਿਲੜ ਹੁੰਦਾ ਠੀਕ ਹੈ ਬੱਕਰੀ ਨੂੰ 2 ਮਹੀਨੇ ਕਾ ਖਾਣਾ ਚਾਹੀਦਾ ਠੀਕ ਹੈ ਸੌਣ ਤੇ ਭਾਦਰੇ ਜੀ ਉਹ ਵੀ ਆ ਦੋ ਮਹੀਨੇ ਨਾ ਛੱਡ ਕੇ ਡੇਢ ਮਹੀਨਾ ਬੱਕਰੀ ਕਾ ਪਹਿ ਹੀ ਖਾਏ ਨਾ ਜੀ ਪਹਿਲਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੀ ਜਦੋਂ ਭਾਦਰੇ ਆ ਦੋ ਤੋਂ ਪਿੱਛੇ ਹੋ ਜਾਂਦਾ ਜੀ ਫਿਰ ਉਹ ਬੱਕਰੀਆਂ ਕਾ ਖਾਣੀਆਂ ਨੇ ਉਹਨਾਂ ਨੂੰ ਗਿਲੜ ਹੋ ਜਾਂਦਾ ਕਾ ਹੁੰਦਾ ਪੁਰਾਣਾ ਜੀ ਬੱਕਰੀ ਨੂੰ ਡਾਈ ਪਾਓ ਡਾਲੀ ਪਾਓ ਡਾਈ ਪਾਓ ਕਿਕਰ ਪਾਓ ਤੂਤ ਪਾਓ ਧਰੇਕ ਪਾਓ ਜੀ ਲੈਰੀ ਬੱਕਰੀ ਨੂੰ ਧਰੇਕ ਪਾਓ ਛਾਵੇਂ ਪਾਓ ਵੱਡੇ ਦੱਸੇ ਦੀ ਮੈਂ ਧਰੇਕ ਖਾਦੀ ਸੀ ਇੰਨਾ ਦੁੱਧ ਦਿੱਤਾ ਸੀ ਜੀ ਠੀਕ ਹੋ ਗਿਆ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਮੋਟਾ ਘਾਹ ਬੰਦੇ ਖਵਾਉਂਦੇ ਨੇ ਨਹੀਂ ਖੋਣਾ ਚਾਹੀਦਾ ਹਾਂਜੀ ਗਿੱਲੜਵਾ ਜਾਂ ਅੱਛਾ ਬਜ਼ੁਰਗੋ ਗਿੱਲੜ ਦੋ ਕਿਸਮ ਦਾ ਹੁੰਦਾ ਹੈ ਇੱਕ ਤਾਂ ਨਾਵਾ ਗਲਾ ਸੁੱਜ ਜਾਣਾ ਤੇ ਦੂਜਾ ਕਿ ਲੜਕੀ ਹੁੰਦਾ ਦੂਜਾ ਅੰਦਰ ਹੋ ਜਾਂਦਾ ਪਾਣੀ ਹੋ ਜਾਂਦਾ ਹੁਣ ਨਿਰਾ ਗੋਸ਼ਤ ਵੀ ਜਿਹੜਾ ਨਾ ਉਹ ਪਾਣੀ ਹੁੰਦਾ ਠੀਕ ਹੈ ਉਹ ਨਿਰੀ ਬਿਮਾਰੀ ਹੁੰਦਾ ਬੰਦਾ ਖਾਏ ਤਾਂ ਵੀ ਬਿਮਾਰੀ ਹੁੰਦੀ ਬੰਦਾ ਬਿਮਾਰ ਹੋ ਜਾਂਦਾ ਬੰਦਾ ਵੀ ਬਿਮਾਰ ਹੁੰਦਾ ਲੂੰ ਲੂੰ ਵਿੱਚ ਪਾਣੀ ਧਾਗੇ ਆਉਂਦਾ ਉਹਦਾ ਠੀਕ ਹੋ ਗਿਆ ਹਾਂ ਜੀ ਸਾਹੀ ਲੋਕਾਂ ਨੇ ਇਲਾਜ ਉੱਥੇ ਛੱਡੋ ਹੰ ਵਾਵਾ ਮਾਲ ਰਹਿਦਾ ਪਿਆ ਇਹ ਬਿਮਾਰੀਆਂ ਨੇ ਬੱਕਰੀ ਦੀ ਖਰਾਕੇ ਢਾਈ ਖਾਏ ਅੱਜਕੱਲ ਠੀਕ ਤੇ ਸਹੀ ਰਹਿੰਦੀ ਠੀਕ ਹੈ ਤੇ ਜਿਨ੍ਹਾਂ ਨੂੰ ਡાળੀ ਨਹੀਂ ਲੱਭਦੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਨਾਸ਼ਤਾ ਪਾਣ ਸੁੱਕਾ ਰਾਸ਼ਨ ਸੁੱਕਾ ਰਾਸ਼ਨ ਹਾਂ ਸੁੱਕੇ ਰਾਸ਼ਨ ਚ ਕਿਹੜੀ ਕਿਹੜੀ ਚੀਜ਼ ਹੁੰਦੀ ਹੈ ਸੁੱਕੇ ਰਾਸ਼ਨ ਪਾਣ ਤੇ ਉਹਨੂੰ ਦਾਣੇ ਪਾਣ ਬੱਕਰੀ ਨੂੰ ਜੀ ਆਪ ਬੱਕਰੀ ਸੱਟ ਰਵੇ ਦੀ ਯਾਨੀ ਕਿ ਉਹਨੂੰ ਬਾਹਰ ਨਾ ਖੋਲਣਾ ਆਪਣੇ ਮਾਲ ਆਪ ਬਾਹਰ ਨਾ ਖੋਲਣ ਉਹਨੂੰ ਤਾਂ ਸੱਟ ਰੈਂਦੀ ਠੀਕ ਹੈ ਠੀਕ ਹੈ ਮਾਸ਼ਾਅੱਲਾ ਜੇ ਬੜੇ ਕੰਮ ਦੀਆਂ ਤੁਸੀਂ ਗੱਲਾਂ ਕੀਤੀਆਂ ਨੇ ਅਕਸਰ ਬੰਦੇ ਜਿਹੜੇ ਨਾ ਲੱਖ ਲੱਖ ਰੁਪਏ ਦੀ ਬੱਕਰੀ ਲੈ ਆਉਂਦੇ ਨੇ ਤੇ ਆਪਣੀਆਂ ਗਲੀਆਂ ਦੇ ਵਿੱਚ ਰਜਾਰ ਜੋ ਘਰ ਲਿਆ ਜਾਂਦੇ ਨੇ ਬਿਮਾਰੀ ਤੋ ਸਮਝਿੰਦੇ ਨੇ ਕਿ ਮਤਲਬ ਅਸਾਂ ਬੜਾ ਮਾਰ ਕਾ ਮਾਰ ਲਿਆ ਤੇ 6 ਮਹੀਨੇ ਬਾਅਦ ਇਸ ਸਾਲ ਬਾਅਦ ਹੀ ਮਤਲਬ ਇਹ ਬੱਕਰੀਆਂ ਮਰ ਜਾਂਦੀਆਂ ਨੇ ਤੇ ਫਿਰ ਦਿਲਬਰਦਸ਼ਤਾ ਹੋ ਜਾਂਦੇ ਨੇ ਕਹਿੰਦੇ ਨੇ ਜੇ ਸਾਨੂੰ ਮਤਲਬ ਕਿਸੇ ਨੇ ਦਾਮਕਰ ਛੜਿਆ ਕਿਸੇ ਨੇ ਸਾ ਨਜ਼ਰ ਲਾ ਛੜੀ ਠੀਕ ਹੈ ਜਾਦੂ ਹੋ ਗਿਆ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਪੇ ਕਰਦੇ ਨੇ ਹਾਂਜੀ ਤੇ ਤੁਹਾਡੇ ਕੋ ਮਾਸ਼ਾਅੱਲਾ ਬੜੀਆਂ ਕੰਮ ਦੀਆਂ ਗੱਲਾਂ ਲੱਭੀਆਂ ਨਾਜ਼ਰੀਨ ਜਿਨ੍ਹਾਂ ਵਿੱਚ ਨਾ ਬੰਦਿਆਂ ਨੇ ਬੱਕਰੀਆਂ ਰੱਖਣੀਆਂ ਨੇ ਬਰਾਏ ਮਿਹਰਬਾਨੀ ਮੋਟਾ ਕਾ ਨਾ ਖਵਾਇਆ ਕਰੋ ਇਹ ਨੁਕਸਾਨ ਦੇਵੇ ਅੱਜ ਬਾਬਾ ਨੂੰ ਬਾਬਾ ਜੀ ਨੂੰ ਪੁੱਛਣਾ ਹੈ ਬਾਬਾ ਜੀ ਜਿਹੜੇ ਬੰਦੇ ਬੱਕਰੀਆਂ ਵਾਲੇ ਖਸੂਸੀ ਤੌਰ ਤੇ 베ਰੀ ਨੂੰ ਬੜਾ ਮਤਲਬ ਇਹਦਾ ਚਰਚਾ ਕਰਦੇ ਨੇ ਕਿ 베ਰੀ ਖਵਾਣੀ ਚਾਹੀਦੀ ਹੈ 베ਰੀ ਕਿਹੜੇ ਮੌਸਮ ਵਿੱਚ ਬਿਹਤਰੀਨ ਹੈ ਅੱਜ ਕੱਲ੍ਹ ਅੱਜਕੱਲ ਅੱਜਕੱਲ ਦੀ ਮੇਰੀ ਹੋਵੇ ਖਾਦੀ ਬੱਕਰੀਆਂ ਜੀ ਗਾਕੜਾ ਜਿਸ ਨੂੰ ਬਹਿ ਜਾ ਫੇਰ ਮੇਰੀ ਬੰਦ ਕਰ ਤੋ ਜੇ ਜਤੋਂ ਬੇਰ ਲੋਕ ਜਾਨ ਨੂੰ 베ਰੀ ਪਾਉਂਦੇ ਨੇ ਵਸਿਆ ਵਿੱਚ ਜਾ 베ਰੀ ਖਾਣ ਦੇ ਤਕੜੇ ਰਹਿੰਦੇ ਨਾ ਉਹ ਗਲਤ ਜਿਉਂ-ਜਿਉਂ 베ਰੀ ਖਾਂਦੇ ਨੇ ਗਾਕੜਿਆ ਗਾਕੜਾ ਖਾਂਦੇ ਨੇ ਉਹ ਜਮਾ ਹੁੰਦਾ ਜਾਂਦਾ ਜਿਸ ਨੇ ਬਕਜਾ ਤੁਹਾਡੇ ਤਕੜੇ ਉਸ ਸਿਆਲ ਜ ਰਹਿਣੇ ਨੇ ਜਿਸੇ ਵਸਾਸ ਚੇਤਰ ਚੜਦਾ ਜੀ ਉਹ ਜਾਨ ਜਾਂ ਅੰਦਰਾਂ ਦੇ ਨਾਲ ਵਿੱਚ ਗੋਇ ਮਾਇਆ ਦਾ ਲੇਸ ਹੋ ਜਾਂਦੀ ਜੀ ਠੀਕ ਉਹ ਜੋੜਾਂ ਤੋਂ ਰਹਿੰਦੇ ਜਾਂਦੇ ਨੇ ਜਾ ਠੀਕ ਆ ਅੱਜ ਅਸੀਂ ਆਨੇ ਆ ਜਾ ਵੈਰੀ ਖਾਣੇ ਵਾ ਬੜਾ ਕੰਮ ਹੈ ਜੀ ਵੈਰੀ ਬੱਕਰੀ ਨਵੀ ਪਾਓ ਤੇ ਜਿੰਨਾ ਜੇ ਗੂਰ ਤੇ ਉਹਨਾਂ ਜੇ ਪਾਓ ਜੇ ਗਾਗੜਾ ਲੱਗ ਜਾਏ ਤੇ ਬੱਕਰੀ ਨੂੰ ਨੁਕਸਾਨ ਦੇ ਦੇ ਮੇਰੀ ਵਾ 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 ਕੀ ਬਾਤ ਹੈ ਬੜਾ ਸਾਰੀ ਉਮਰ ਦਾ ਕਾਰੋਬਾਰ ਹੀ ਇਹ ਵਾਵੇ ਇਹ ਬਾਈ ਕੰਮ ਹੈ ਜੀ ਜੇਸਾ ਗਾਕੜਾ ਪੈ ਜਾਂਦਾ ਬકરી ਨੂੰ 베ਰੀ ਨਹੀਂ ਜਾਂ ਪਾਣੀ ਚਾਹੀਦੀ ਯਾਨਕਿ ਬੇਸ ਹੋ ਜਾਂਦੀ ਇਹ ਬકરી ਦੀਆਂ ਨੂੰ ਜਾਨ ਨੂੰ ਮੀ ਨੁਕਸਾਨ ਦੇਦੀ ਗਾਕੜਾ ਬਜ਼ੁਰਗੋ ਤੁਸੀਂ ਕਹਿ ਰਹੇ ਹੋ ਜਿਹੜੇ 베ਰ ਲੱਗਦੇ ਨੇ ਕੱਚੇ 베ਰ ਜਿਹੜੇ ਕੱਚੇ ਹੁੰਦੇ ਕੋਈ ਕਈਆਂ ਬੰਦਿਆਂ ਨੂੰ ਇਸ ਬੰਦ ਚ ਨਹੀਂ ਸਮਝ ਲੱਗਦੀ ਹਾਂਜੀ ਕਿਉਂਕਿ ਮੁਖਤਲਫ ਮਲਕਾਂ ਚ ਇਹ ਪ੍ਰੋਗਰਾਮ ਸੁਣੇ ਜਾਂਦੇ ਨੇ ਤੱਕੇ ਜਾਂਦੇ ਨੇ ਇੰਡੀਆ ਚ ਵੀ ਬੰਦੇ ਤੱਕਦੇ ਨੇ ਨੂੰ ਤੇ ਗਾਕੜਾ ਤੁਸੀਂ ਬੋਲਦੇ 베ਰਾਂ ਨੂੰ 베ਰਾਂ ਪਾ ਜੇ 베ਰ ਕੱਚੇ ਲੱਗ ਜਾਣ ਫਿਰ ਪਾਣਾ ਬੰਦ ਕਰਦੇ ਹਾਂਜੀ ਇਕਸਰ ਬੰਦੇ ਬਾਬਾ ਜੀ ਕਹਿੰਦੇ ਨੇ ਕਿ ਜਿਹੜਾ ਸਿੰਬਲ ਏ ਇਹ ਨੁਕਸਾਨ ਦੇ ਬੱਕਰੀਆਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਨੁਕਸਾਨ ਨਹੀਂ ਸਿੰਬਲ ਸਿਆ ਵਿੱਚ ਬੱਕਰੀ ਖਾਏ ਬੱਕਰੀ ਗਰਮ ਰਹਿੰਦੀ ਬੱਕਰੀ ਗਰਮ ਰਹਿੰਦੀ ਬੱਕਰੀ ਜਾ ਵੀ ਛੁੜਕਦਾ ਹੋਵੇ ਬੱਕਰੀ ਨੂੰ ਸਿੰਬਲ ਦੋ ਦਿਨ ਬਾਅਦ ਜਾ ਵੀ ਸੈੱਟ ਹੋ ਜਾਂਦਾ ਠੀਕ ਹੋ ਗਿਆ ਬੱਕਰੀ ਨੂੰ ਸਰਦੀ ਜਾ ਅਲੋਕ ਆਖਦੇ ਨੇ ਵਾ ਸਿਆ ਵਿੱਚ ਬੱਕਰੀ ਨੂੰ ਠੰਡ ਲੱਗਦੀ ਜਾਬ ਹਮ ਜਿਹੜੇ ਨੇ ਉਹਨਾਂ ਨੂੰ ਠੰਡ ਲੱਗ ਜਾਂਦੀ ਹੈ ਜੀ ਜਾ ਨੂੰ ਕਦੀ ਨਹੀਂ ਠੰਡ ਲੱਗੀ ਠੀਕ ਹੈ ਬੱਕਰੀ ਨੂੰ ਠੰਡ ਲੱਗੇ ਤੇ ਜਾਨ ਨੂੰ ਠੰਡ ਖੁੱਦ ਲੱਗਦੀ ਠੀਕ ਹੋ ਗਿਆ ਆ ਸਿਆਣੇ ਬੰਦੇ ਜਿਹੜੇ ਨੇ ਉਹ ਬੀਬੀਆਂ ਵੀ ਸਮਝੰਦਾ ਜਿਹੜੀਆਂ ਨੇ ਨਾ ਜੀ ਉਹ ਵੀ ਤੁਸੀਂ ਵੀ ਆ ਵੀ ਸਮਝਦੇ ਹੋ ਬੰਦੇ ਸਾਰੇ ਸਮਝਦੇ ਨੇ ਇਸ ਗੱਲ ਨੂੰ ਬੀਬੀ ਵੀ ਜਿਹੜੀ ਸਿਆਣੀ ਆ ਕੱਪੜੇ ਧੋਂਦੀ ਹੋਵੇ ਨਾ ਜੀ ਆਪਣਾ ਆਪ ਸੁਕਾ ਕੇ ਤੇ ਬੱਚੇ ਨੂੰ ਦੁੱਧ ਪਿਆ ਦੇ ਫੇਰ ਠੀਕ ਹੋ ਗਿਆ ਅਸੀਂ ਲੋਕ ਬੱਚਿਆਂ ਨੂੰ ਬੇਸਾਮਨੇ ਆ ਤੇ ਬੱਕਰੀ ਵਾਲੇ ਧਿਆਨ ਨਹੀਂ ਕਰਦੇ ਬੱਕਰੀ ਨੂੰ ਠੰਡ ਲੱਗੇ ਤੇ ਬੱਚਾ ਉਸੇ ਦੁੱਧ ਪੀਏ ਤੇ ਬੱਕਰੀ ਨਾਲ ਬੱਚੇ ਨੂੰ ਠੰਡ ਲੱਗੀ ਹੁੰਦੀ ਹਾਂਜੀ ਵੇਖੋ ਨਾ ਕਿੱਡੀ ਸੋਹਣੀ ਤੁਸੀਂ ਗੱਲ ਕੀਤੀ ਐ ਅਕਸਰ ਬੰਦੇ ਜਿਹੜਾ ਨਾ ਨਿੱਕੇ ਨਿੱਕੇ ਕੋਟੀਆਂ ਸਵੈਟਰ ਲੈ ਕੇ ਤੇ ਲੈ ਲਿਆ ਲੈ ਲਿਆ ਨੂੰ ਪਾਛੜ ਦੇਣਾ ਹਾਂ ਉਹ ਨਹੀਂ ਪਾਣਾ ਜੀ ਉਹ ਬਾਹਰ ਲੱਗ ਜਾਂਦੀ ਐ ਬੱਕਰੀ ਨੂੰ ਸੰਭੋ ਬੱਕਰੀ ਨੂੰ ਬੱਕਰੀ ਨੂੰ ਗਰਮ ਰੱਖੋ ਬੱਕਰੀ ਦੁੱਧ ਬੱਚੇ ਪੀਂਦੇ ਤੇ ਬੱਚੇ ਸੱਟ ਰਹਿਣਦੇ ਜੀ ਬੱਚਿਆਂ ਨੂੰ ਸਵਟਰ ਪਾਇਆ ਨਾ ਕਿਹੜਾ ਫਾਇਦਾ ਜੇ ਬੱਕਰੀ ਨੂੰ ਠੰਡ ਲੱਗੀ ਹੋਵੇ ਜੀ ਤੇ ਬੱਚਿਆਂ ਨੂੰ ਦੁੱਧ ਪੀਣਾ ਤੇ ਬੱਕਰੀ ਫਟੋ ਜਾ ਬੱਚਿਆਂ ਨੂੰ ਠੰਡ ਲੱਗ ਜਾਣੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਕਿਆ ਬਾਤ ਹੈ ਬਾਬਾ ਜੀ ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਕਰੇ ਤੁਹਾਡੇ ਬੱਕਰੀ ਅਗਰ ਮਤਲਬ ਹੈ ਤੁਹਾਡਾ ਕਹਿੰਦਾ ਬੱਕਰੀ ਗਰਮ ਰਵੇ ਦੀ ਬਿਮਾਰ ਨਾ ਹੋਵੇ ਦੀ ਤੇ ਬੱਚਿਆਂ ਨੂੰ ਨਾ ਵੀ ਸਵਟਰ ਪਾਏ ਹੁੰਦੇ ਤਾਂ ਵੀ ਤਾਕਤਵਰ ਰਹਿਣ ਦਿਓ ਜਾ ਹਾਂਜੀ ਬਿਲਕੁਲ ਨੇਰੇ ਬੱਚਿਆਂ ਨੂੰ ਮਤਲਬ ਰਜ਼ਾਈਆਂ ਚ ਪੇ ਲੈਂਦੇ ਨੇ ਸਰਦੀਆਂ ਦੇ ਵਿੱਚ ਤੇ ਬکریاں ਦਾ ਬਾਹਰ ਬੰਨੀ ਹੁੰਦੀਆਂ ਨੇ ਕਕਰ ਦੇ ਵਿੱਚ ਤੇ ਉਹ ਵਿਚਾਰੀਆਂ ਕੁਬੀਆਂ ਹੋਈਆਂ ਹੁੰਦੀਆਂ ਨੇ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਬਾਬਾ ਜੀ ਬੜੀ ਸੋਹਣੀ ਤੁਸੀਂ ਗੱਲ ਕੀਤੀ ਜੇ ਤੁਹਾਨੂੰ ਠੰਡ ਲੱਗੀ ਹੋਵੇ ਨਾ ਤੇ ਬੱਕਰੀ ਦਾ ਹੱਲੇ ਵੇ ਵੰਦਾ ਜਿਵੇਂ ਆਪ ਮਸਰਾਂ ਦੀ ਬਣਾ ਕੇ ਬੰਦਾ ਖਾਂਦਾ ਹੈ ਨਾ ਜੀ ਇਸ ਤਰ੍ਹਾਂ ਦੀ ਦਾਤ ਬਣਾ ਕੇ ਦੋ ਦਿਨ ਬੱਕਰੀ ਨੂੰ ਦੇ ਸੜੀਏ ਬੱਕਰੀ ਸਰਦੀ ਨਹੀਂ ਰਹਿੰਦੀ ਠੀਕ ਹੋ ਗਿਆ ਬੱਕਰੀ ਦੀ ਸਰਦੀ ਜਾਂਦੀ ਨਹੀਂ ਤੇ ਬੱਚਾ ਦੀ ਸਰਦੀ ਆਪ ਜਾਏ ਦੀ ਠੀਕ ਹੋ ਗਿਆ ਲੋ ਜੀ ਕੈਸੀ ਗੱਲ ਹੈ ਕਿ ਤੁਸਾਂ ਦੱਸਿਆ ਕਿ ਅਗਰ ਠੰਡ ਲੱਗ ਜਾਏ ਤੇ ਉਹਦਾ ਦੇਸੀ ਇਲਾਜ ਆਇਆ ਕਰ ਲੋ ਐ ਸੌਖਾ ਇਲਾਜ ਐ ਆਇਆ ਬਖੋ ਨਾ ਬੱਕਰੀ ਨੂੰ ਪਿਓ ਵੈਰੀ ਗੁੱਡ ਯਾਨੀ ਦਿਲ ਕਰੇ ਤਾਂ ਕੋਟਾ ਪਈ ਪਰ ਆਪੀ ਵੀ ਭਰੋ ਬਕਾਓ ਹੀ ਉਸਰਾਂ ਦੀ ਜਿਹੜਾ ਆਪੀ ਵੀ ਘੁੱਟ ਭਰੋ ਆਪੀ ਵੀ ਘੁੱਟ ਭਰੋ ਹਾਂ ਸਵਾਦ ਤਾਂ ਹੁੰਦਾ ਹੈ ਬੱਕਰੀ ਨੂੰ ਦਾਲ ਦਿੱਤੀਏ ਤੇ ਜੇ ਆਪੀ ਘੁੱਟ ਲਾ ਲਈਏ ਨਾਲ ਤੇ ਜੀ 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 ਬੈਨ ਉਹ ਨਾ ਘੋਟਣਾ ਮਾਇਆ ਮਾਰਿਆ ਵਿੱਚ ਤੇ ਚੱਲ ਬੱਕਰੀ ਨੂੰ ਦੇਣੀ ਹੈ ਨਾ ਬੱਕਰੀ ਨੂੰ ਆਪਣੇ ਨਾਲ ਦੇ ਘੋਟੇ ਭਰੀਏ ਆ ਬਣਾ ਬਰਤਨ ਵਿੱਚ ਗੰਦਾ ਲਿਆ ਤੇ ਮਤਲਬ ਦਾਲ ਵੀ ਸਾਫ਼ ਨਾ ਕੀਤੀ ਜਿੰਨੀ ਸਫਾਈ ਰੱਖੀਏ ਮਾਲੇ ਦੀ ਵੀ ਉਹਨਾਂ ਹੀ ਕਾਮਯਾਬ ਮਾਲ ਵੀ ਰੈਂਦਾ ਸੱਟ ਰੈਂਦਾ ਠੀਕ ਹੋ ਗਿਆ ਗੰਦਗੀ ਹੋਵੇਦੀ ਦਾ ਮਾਲ ਨੂੰ ਬਿਮਾਰ ਹੋਵੇਦਾ ਜੀ ਗੰਦਗੀ ਤੁਮ ہماری ਵੱਧਦੀ ਠੀਕ ਹੈ ਅਰਛ ਰੱਖੇ ਆ ਦੋਵੇ ਟਾਈਮ ਸਫਾਈ ਹੁੰਦੀ ਉਤੇ ਪੱਖੇ ਲਾਏ ਨੇ ਜੀ ਸਾਫ ਇਰਸਾਨ ਰੱਖੀ ਦਾ ਮਾਲ ਖੁਸ਼ ਰਹੁੰਦਾ ਆਬੀ ਖੁਸ਼ ਹੋਵੀ ਬਾਬਾ ਜੀ ਮਰੇ ਗਾਲ ਦਸੋ ਕਿ ਸਰਦੀ ਦੇ ਵਿੱਚ ਅਕਸਰ ਬੱਕਰੀਆਂ ਦੇ ਬੱਚੇ ਗਿਰ ਜਾਂਦੇ ਨੇ ਹਾਂ ਇਹਨਾਂ ਦੇ ਮਤਲਕ ਤੁਸੀਂ ਕੀ ਕਹਿਣਾ ਚਾਹਉਦੇ ਤਾਂ ਕਿ ਨਵੇਂ ਬੰਦੇ ਜਿਹੜਾ ਨਾ ਆਪਣੇ ਕੋਈ ਇਤਿਆਤੀ ਤਬੀਰ ਕਰ ਲੈਣ ਆਪਣਾ ਇੰਤਜ਼ਾਮਾਤ ਕਰ ਲੈਣ ਇਨਾਂ ਦੇ ਥੱਲੇ ਨਾ ਮਾਲ ਦੇ ਸਫਾਈ ਰੱਖਣੀ ਚਾਹੀਦੀ ਹੈ ਸੁੱਕਾ ਥਾਂ ਵੇਦਾ ਮਾਲ ਸੁੱਕੇ ਥਾਂ ਬੋਵੇ ਦਾ ਅੱਬ ਤੇ ਜਿੰਨਾ ਚਿਹਰੇ ਢਾਈ ਪਾ ਸਕਦਾ ਕੋਈ ਸਾਡਾ ਬਰਾਦ ਛੇੜੂ ਚਾਚਾ ਬਾਬਾ ਭਰਾ ਸਾਡਾ ਜਿੰਨਾ ਜਿਹੜੇ ਢਾਈ ਲੱਭਦੀ ਹੋਵੇ ਉਹਨਾਂ ਦੇ ਢਾਈ ਪਾਏ ਢਾਈ ਤੋਂ ਬਾਅਦ ਤੇ ਫਿਰ ਇਹ ਰਾਈ ਖਾਣਾ ਨੇ ਸਿਆਲ ਚ ਜੀ ਪਰ ਜੇ ਇਹ ਵਿਚਾਰਾ ਕਰੇ ਵੇ ਜਿੰਨਾ ਜਿਹੜੇ ਸੁੱਕਾ ਲੱਭਦਾ ਨਾ ਰਾਸ਼ਨ ਢਾਈ ਡੱਬੀ ਉਹਨਾਂ ਦੇ ਢਾਈ ਪਾਏ ਜੀ ਤੇ ਫਿਰ ਜਿਹੜੇ ਫਗਣ ਚੜ ਜਾਂਦਾ ਫਿਰ ਤਾਂ ਵੱਡਾ ਹੀ ਮੁੱਕ ਜਾਂਦੀ ਏ ਤੇ ਫਿਰ ਰਹੀ ਖਾਣਾ ਬੱਕਰੀ ਮਾਲੇ ਨੇ ਠੀਕ ਹੈ ਤੇ ਉਹ ਠੀਕ ਹੈ ਪਰ ਉਹ ਸਫਾਈ ਰੱਖੇ ਥੱਲੇ ਤੇ ਅਲਾ ਫ਼ਜ਼ਲ ਕਰਦਾ ਅੱਛਾ ਬਜ਼ੁਰਗੋ ਮਨੇ ਦੱਸੋ ਕਿ ਮੈਂ ਤੁਹਾਡੇ ਡੇਰੇ ਤੇ ਆਇਆ ਅਲੀਪੋਰ ਸ਼ਰਕੀ ਪਿੰਡ ਦਾ ਨਾਂ ਹੈ ਗੁਜਰਾਤ ਸ਼ਹਿਰ ਮਤਲਬ ਗੁਰਾਲੀ ਦੇ ਵਿੱਚੋਂ ਰਸਤਾ ਤਕਰੀਬਨ ਆਉਂਦਾ ਹਾਂਜੀ ਇਹ ਮੈਨੂੰ ਦੱਸੋ ਕਿ ਤੁਹਾਡੀਆਂ ਜਿਹੜੀਆਂ ਬੱਕਰੀਆਂ ਇਸ ਟਾਈਮ ਮੈਂ ਵੇਖਿਆ तकरीबन ਸਾਰੀਆਂ ਸੂਈਆਂ ਨੇ ਜੀ ਅਗਰ ਕੋਈ ਸ਼ੌਕ ਕਰਨ ਵਾਲਾ ਬੰਦਾ ਬਾਬਾ ਜੀ ਤੁਹਾਡੇ ਕੋਲ ਬੱਕਰੀ ਲੈਂਦਾ ਹੈ ਜਾਂ ਮਤਲਬ ਬੱਚਿਆਂ ਦੀ ਤਲਬ ਕਰਦਾ ਹੈ ਉਹਦੇ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਧਿਆਨ ਦਿਓ ਤੇ ਬੱਚੇ ਹਾਂ ਬਿਲਕੁਲ ਧਿਆਨ ਦੇ ਇੱਕ ਮਹੀਨੇ ਨੂੰ ਢਾਈ ਬੱਚਾ ਲੱਗ ਜਾਣਾ ਹੁਣ 10 12 ਦਿਨਾਂ ਦੇ ਬੱਚੇ ਹੋਏ ਨੇ ਜੇ ਤੁਸੀਂ ਢਾਈ ਲੱਗ ਗਏ ਜੀ ਬੱਚੇ ਧਿਆਨ ਦੇ ਅਸੀਂ ਜੀ ਬਾਬਾ ਜੀ ਮੈਂ ਇਸ ਤੋਂ ਪਹਿਲੇ ਨਾ ਕੋਈ 5 7 ਐਸੇ ਇੰਟਰਵਿਊ ਕਰ ਚੁੱਕਿਆ ਜਿਹੜੇ ਮੁxtਲਫਾ ਜੜੀਆਂ ਕੋਲੇ ਗਿਆ ਵਾਂ ਜਾਨਵਰ ਸਸਤੇ ਦੱਸਦੇ ਨੇ ਤੇ ਬੰਦੇ ਜਿਸ ਨਾਲ ਰਾਬਤਾ ਕਰਦੇ ਨੇ ਤੇ ਉਹਨਾਂ ਨੂੰ ਜਵਾਬ ਦੇ ਸੜਦੇ ਨੇ ਗੱਲ ਇਹ ਵੇ ਵੇ ਮਾਲ ਮੁੱਲਾਂ ਨਾਲ ਹੀ ਵਿਕਦਾ ਜੀ ਜਿਸ ਤਰ੍ਹਾਂ ਦਾ ਮਾਲ ਹੋਵੇ ਉਹ ਤਰ੍ਹਾਂ ਦੇ ਪੈਸੇ ਲੱਭਦੇ ਠੀਕ ਹੈ ਨਾ ਸ਼ਾਇਦ ਦੇਣੀ ਹੋਵੇ ਤਾਂ ਕਿਸੇ ਨੂੰ ਆਖਿਆ ਭਾਈ ਦੇਣੀ ਨਹੀਂ ਜੀ ਲੈ ਲੀਆਂ ਨੇ ਸਾਡੇ ਕੋਲ ਜੀ 18 ਲੈ ਲੀਆਂ ਨੇ ਜੀ 10 ਬੱਕਰੀਆਂ ਸੂਈਆਂ ਨੇ 18 ਲੈ ਲੀਆਂ ਨੇ 6 ਲੈ ਲਿਓ ਇਹਨੇ ਜੀ ਅਸੀਂ ਹੁਣ ਵਡੇਰਾ ਬੰਦਾ ਹੋਏ ਆਂ ਤੇ ਲੇਲੀਆਂ ਵੇਚਣੀਆਂ ਨੂੰ ਜੜੀ ਲੇਲੀਆਂ ਨਹੀਂ ਵੇਚਦਾ ਜੀ ਇਸ ਵਾਸਤੇ ਵੇਚਣੀਆਂ ਨੇ ਭਾਈ ਇਹ ਚੋਖਾ ਮਾਲ ਹੋ ਜਾ ਤੇ ਸਾਂਭਿਆ ਨਾ ਜਾਏ ਤੇ ਉਹਨਾਂ ਨੂੰ ਰੱਖਣਾ ਹੀ ਨਹੀਂ ਚਾਹੀਦਾ ਠੀਕ ਹੈ ਤਰਫੀਏ ਲੈਣੇ ਨਾ ਉਹ ਬੰਦਾ ਮਾਲ ਵੇਚ ਛੜੇ ਤੇ ਉਹ ਚੰਗਾ ਬਿਲਕੁਲ ਠੀਕ ਹੈ ਹਾਂ ਇਸ ਵਾਸਤੇ ਲੇਲੀਆਂ ਵੇਚ ਆਂਦੇ ਕਿ ਤੇ ਲੇਲੀਆਂ 10 ਵੇਚੀਏ ਤੇ ਬੱਕਰੀਆਂ 1 ਵੇਚ ਛੜੀਏ ਨਾ ਤੇ ਰੁਪਈਏ ਪੂਰੇ ਹੋ ਜਾਂਦੇ ਨੇ ਤੇ 10 ਲੇਲੀਆਂ ਜੜੀਆਂ ਨੇ ਨਾ ਜੀ ਉਹ ਸਾਲੇ ਵਿੱਚ 10 ਬੱਕਰੀਆਂ ਬਣਦੀਆਂ ਠੀਕ ਹੋ ਗਿਆ ਇਹ ਲੀਨ ਆਏ ਸਵਾਤੇ ਵੇਚਣੀਆਂ ਨੇ ਜੀ ਭਾਈ ਓਨ ਮੈਂ ਹੋ ਗਿਆ ਬਡੇਰਾ ਜੀ ਤੇ ਇਸ ਵਾਤੇ ਆ ਕੇ ਚਲੋ ਲੈ ਲੀਆਂ ਰਾਵੇ ਚ ਲੈਨੇ ਆ ਤੇ ਬੱਕਰੀਆਂ ਵੇਚ ਬੱਕਰੀਆਂ ਵੀ ਬਿਕਣ ਤੇ ਵੇਚ ਲੈਂਦੀਆਂ ਸਣੇ ਲੈ ਲੀਆਂ ਨਾਲ ਧਿਆਨ ਦੇ ਠੀਕ ਹੈ ਉੰਜ ਮਤਲਬ ਹੈ ਬਾਬਾ ਜੀ ਮੈਨੂੰ ਦੱਸੋ ਕਿ ਮناسب ਪੈਸਿਆਂ ਨਾਲ ਸੇਲ ਕਰ ਦਿਓ ਜਾਨਵਰੀਆ ਮਤਲਬ ਟਾਡੇ ਰੇਟ ਵੀ ਮਤਲਬ 1.5 2-2 ਲੱਖ ਰੁਪਈਆ ਬਕਰੀਆਂ ਨਹੀਂ ਸਾਡੇ 1.5 ਲੱਖ ਕੋਈ ਨਹੀਂ ਜੇ ਜਿੰਨੇ ਦਾ ਮਾਲ ਹੋਵੇ ਦਾ ਉਹਨੇ ਦਾ ਮਾਲ ਦਿਆਂਦੇ ਜੀ ਜੋ ਕੋਈ ਆਖੇ ਵਈਆ ਜਾਦ ਜੀ ਉਸ ਜਾਦ ਮੁੱਲ ਤੇ ਬੱਕਰੀ ਦਿਆਂਦੇ ਇਹ ਨਹੀਂ ਅਗਲੇ ਨੂੰ ਮਾਰਨਾ ਨਹੀਂ ਠੀਕ ਹੈ ਬੰਦੇ ਨਾਲ ਕੰਪਰੋਮਾਈਜ਼ ਕਰੋ ਹਾਂ ਜੀ ਆ ਪਿਆਰ ਮੁਹੱਬਤ ਕਰਕੇ ਮਾਲੇ ਨੂੰ ਦਿਆਂਦੇ ਅਗਲੇ ਬੰਦੇ ਨਾਲ ਵਈਆ ਸਾਡਾ ਕੰਮ ਹੈ ਜੀ ਆ ਆਏ ਨੂੰ ਹਾਲੀ ਨਹੀਂ ਡੋਰ ਲੈ ਆਵੇ ਵਈ ਜਾਦ ਕੋਈ ਆਏ ਵੇ ਤੇ ਬਿਲਕੁਲ ਠੀਕ ਆ ਜਾਦ ਮੁੱਲ ਲਾਇ ਤੇ ਦਿਆਂਦੇ ਬਿਲਕੁਲ ਠੀਕ ਹੋ ਗਿਆ। ਮਾਲ ਸਾਡਾ ਸਹੀ ਹੋਵੇ ਦਾ, ਸੁਥਰਾ ਹੋਵੇ ਦਾ। ਜੀ। ਲਾਮ ਬੰਨ ਕੇ ਦੁੱਧ ਦੇਣੇ ਆਈ ਹੁੰਦੀ ਆ। ਇੱਕ ਬੱਕਰੀ ਹੈ ਮੇਰੇ ਕੋਲ ਹੋਵੇ। ਜੀ। ਮੈਂ ਸ਼ਾਮ ਐਸਰੇ ਮੜਿਆ ਵੱਡੇ ਸਵੇਰ ਚ ਹੋਈਏ ਤਾਂ ਰਾਤ 10:30 ਵਜੇ ਬੱਕਰੀ ਸੂਪ ਪਈ। ਠੀਕ ਹੋ ਗਿਆ। ਇੱਕ ਲੇਲੀ ਉਹਦੇ ਮਗਰ ਹੋਵੇਦੀ। ਜੀ। ਤਾਂ ਮਾਸ਼ਾਅੱਲਾ ਦੁੱਧ ਫੇਰ ਵੀ ਹੁੰਦੀ ਕੁਝ ਨਹੀਂ ਹੋਵੇ। ਠੀਕ ਹੋ ਗਿਆ। ਯਾਨੀ ਕਿ ਅਗਰ ਮਤਲਬ ਉਹਨੇ ਸ਼ਾਮੀ ਸੁਣਾ ਤਾਂ ਸਵੇਰ ਮਤਲਬ ਦੁੱਧ ਦੇਦੀ। ਹਾਂ। ਹਾਂ ਦੋ ਸਵੇਰ ਚੋਈਏ ਜਾਂ ਸ਼ਾਮੀ ਸੂਪ ਬਾਤ ਸੋਈਏ ਤੇ 10 ਵਜੇ 10:30 ਸੂਪ ਪਈਏ ਵੈਰੀ ਗੁੱਡ ਵੈਰੀ ਗੁੱਡ 6 ਵਜੇ ਚੋਈਏ ਬੱਕਰੀ ਤੇ 10:30 ਵਜੇ ਬੱਕਰੀ ਸੂਪ ਪਈਏ ਅੱਛਾ ਬਜ਼ੁਰਗੋ ਮਨੂ ਇੱਕ ਗੱਲ ਦੱਸੋ ਕਿ ਬੰਦਾ ਕੋਈ ਤੁਹਾਡੇ ਕੋਲ ਇੱਥੇ ਆਉਣਾ ਚਾਹੇ ਪਿੰਡ ਦੇ ਵਿੱਚ ਗੁਜਰਾਤ ਸ਼ਹਿਰ ਲਾਰੀ ਏੜੇ ਚ ਬੰਦਾ ਆ ਗਿਆ ਆਗੂ ਕਿਹੜੇ ਪਾਸੇ ਆਵੇ ਆਗੂ ਗਰਾਏ ਪੁੱਛ ਲੈ ਪਿੰਡ ਆਗੂ ਅਲੀਪੁਰ ਸ਼ਰਕੀ ਸਾਡਾ ਪਿੰਡ ਹੈ ਜੀ ਨਾ ਤਾਂ ਉਸ ਤੇ ਪੁੱਛ ਲੈ ਤੇ ਉੱਥੋਂ ਸਰਕੇ ਨਿਕਲ ਕੇ ਸਰਕੇ ਦੇ ਉੱਤੇ ਡੇਰਾ ਸਾਡਾ ਜੀ ਇਹ ਉਹ ਤੋਂ ਨਜ਼ੀਰ ਸਿਆਣ ਮੇਰੇ ਨਾਂ ਹੈ ਅਲੀਪੁਰ ਸ਼ਰਕੀ ਮੇਰੇ ਘਰ ਨੇ ਠੀਕ ਹੈ ਉਹ ਤੋਂ ਚਿੰਗ ਚਿੰਗਾ ਵਗੈਰਾ ਲੱਭ ਜਾਂਦੀ ਹੈ ਆਰ ਸ਼ਾਹ ਉਥੋਂ ਲੱਭ ਜਾਂਦੀ ਹੈ ਜਿਹਦਾ ਦਿਲ ਕਰਿਆ ਤੋੜ ਅੱਡੇ ਦੇ ਉੱਤੇ ਸਾਡਾ ਡੇਰਾ ਵੇ ਉੱਥੇ ਆ ਕੇ ਜਿੱਦੋਂ ਪੁੱਛੇ ਦਾ ਰਾਏ ਵੇ ਜੀ ਪੁੱਛੇ ਵਾ ਨਜ਼ੀਰ ਸਿਆਣ ਨੂੰ ਮਿਲਣਾ ਮਸ਼ਹੂਰ ਹੈ ਠੀਕ ਹੈ ਠੀਕ ਹੋ ਗਿਆ ਹਾਂ ਇਹਨਾਂ ਦਸਾਂ ਪਿੰਡਾਂ ਵਿੱਚ ਨਜ਼ੀਰ ਸਿਆਣ ਮਸ਼ਹੂਰ ਹੋਵੇ ਦਾ ਨਜ਼ੀਰ ਮੇਰੇ ਨਾਂ ਹੈ ਜੀ ਜਿਹਦਾ ਦਿਲ ਕਰੇ ਪੁੱਛੇ ਆਵੇ

405 405 ਬਜ਼ੁਰਗਾਂ ਕੋਲ ਨੰਬਰ ਹੁੰਦਾ ਨਹੀਂ ਇਹ ਵੀ ਮੇਰੇ ਕੋਲ ਜੀ ਤੇ ਬਾਬੇ ਨਾਲ ਕੋਲ ਕਿਹੜਾ ਨੰਬਰ ਹੁੰਦਾ 0341 03860 328 300 ਪੂਰਾ ਅਗੇ 28 ਜੀ ਅੱਛਾ ਬਾਬਾ ਜੀ ਮੈਨੂੰ ਤੁਹਾਡੇ ਅਗੇ ਇੱਕ ਫਿਰ ਆਖਰੀ ਸਵਾਲ ਫਿਰ ਕਰਨ ਲਗਾ ਅਗਰ ਕਿਸੇ ਬੰਦੇ ਦੀ ਕਿਸੇ ਵੀ ਟਾਈਮ ਬੱਕਰੀ ਬਿਮਾਰ ਹੋ ਜਾਂਦੀ ਹੈ ਤੇ ਤੁਹਾਡ ਨਾਲ ਰਾਬਤਾ ਕਰਦਾ ਤੇ ਤੁਸੀਂ ਵੀ ਹਲਪ ਕਰ ਸਕਦੇ ਹੋ ਕਰ ਸਕਨੇ ਦੱਸੋ ਤੁਹਾਨੂੰ ਦੱਸਾਂ ਦੇ ਉਹਨੂੰ ਜਿੰਨੇ ਜਵੇ ਹੋਏ ਦੱਸਾਂ ਦੇ ਜ਼ਰੂਰ ਠੀਕ ਹੋ ਗਿਆ ਯਾ ਲੋ ਜੀ ਇਹਦੇ ਨਾਲੇ ਇਜਾਜ਼ਤ ਦਿਓ ਆਪਣੇ ਮੇਜ਼ਬਾਨ ਮਲਕ ਫਿਆਜ਼ گورਨੂ ਆਪਣੀਆਂ ਦੁਆਵਾਂ ਦੇ ਨਾਲ ਫੀਮਾਨੁਲਾ ਪਾਕਿਸਤਾਨ ਜ਼ਿੰਦਾਬਾਦ